ਕਹਿੰਦਾ ਬੜੇ ਮੀਆਂ ਤੋਂ ਬੜੇ ਮੀਆਂ ਔਰ ਛੋਟੇ ਮੀਆਂ ਸੁਭਾਨ ਅੱਲਾ। ਜੇ ਭਗਵੰਤ ਮਾਨ ਜੀ ਨੇ ਕੋਈ ਮਾੜਾ ਮੋਟਾ ਪੜ੍ਹਨ ਲਿਖਣ ਵਾਲਾ ਕੰਮ ਕੀਤਾ ਹੁੰਦਾ ਤਾਂ ਸਿਰਫ ਮਜ਼ਾਕ ਅਤੇ ਚੁਟਕਲੇ ਸੁਣਾਉਣ ਦੀ ਥਾਂ ਧਿਆਨ ਇੱਧਰਲੇ ਪਾਸੇ ਕੀਤਾ ਹੁੰਦਾ ਤਾਂ ਉਹਨਾਂ ਨੂੰ ਇਸ ਗੱਲ ਦਾ ਪਹਿਲਾਂ ਜਾਣਕਾਰੀ ਹੋਣੀ ਸੀ। ਮੁੱਖ ਮੰਤਰੀ ਸਾਹਿਬ ਤਾਂ ਮੁੱਖ ਮੰਤਰੀ ਸਾਹਿਬ, ਪਾਠਕ ਸਾਹਿਬ ਉਹਨਾਂ ਤੋਂ ਅੱਗੇ ਨਿਕਲ ਗਏ। ਕਿਹੜੇ ਹੱਕ ਦੀ ਗੱਲ ਕਰ ਰਹੇ ਹੈ ਮਾਨ ਸਾਹਿਬ, ਕਿਹੜੇ ਬਹਿਸ ਦੀ ਗੱਲ ਕਰ ਰਹੇ ਹੈ ਮਾਨ ਸਾਹਿਬ। ਮਾਨ ਸਾਹਿਬ, ਆਹ ਮਜ਼ਾਕ ਠੱਠੇ ਦਾ ਮਸਲਾ ਨਹੀਂ ਹੈ। ਹਰੇਕ ਕਿਸਮ ਦਾ ਜੋ ਵੀ ਸਾਨੂੰ ਲੋੜ ਪਈ ਅਸੀਂ ਉਪਰਾਲਾ ਕਰਾਂਗੇ, ਨਾ ਐਸ ਵਾਈ ਐਲ ਨਹਿਰ ਬਣ ਦਿਆਂਗੇ, ਨਾ ਸਾਡਾ ਪਾਣੀ ਇਹਨਾਂ ਸੂਬਿਆਂ ਨੂੰ ਜਾਣ ਦਿਆਂਗੇ। ਪੱਤਰਕਾਰ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਹੋ। ਦੋ ਖਾਸ ਮੁੱਦੇ ਹੈ ਜਿਨ੍ਹਾਂ ਨੂੰ ਲੈ ਕੇ ਤੁਹਾਨੂੰ ਆ ਖੇਚਲ ਦਿੱਤੀ ਹੈ। ਇੱਕ ਤਾਂ ਕੱਲ੍ਹ ਵਿਧਾਨ ਸਭਾ ਦਾ ਸੈਸ਼ਨ ਚਾਲੂ ਹੋਣ ਜਾ ਰਿਹਾ, ਦੂਜਾ ਮੁੱਦਾ ਜਿਸ ਤਰ੍ਹਾਂ ਭਗਵੰਤ ਮਾਨ ਜੀ ਦੀ ਸਰਕਾਰ ਅਤੇ ਇਹਨਾਂ ਦੇ ਚੁਣੇ ਹੋਏ ਗੈਰ ਪੰਜਾਬੀ ਰਾਜਾ ਸਭਾ ਦੇ ਸੰਸਦ ਜਿਸ ਤਰ੍ਹਾਂ ਪੰਜਾਬ ਦੇ ਹਿੱਤ ਦੂਜੇ ਸੂਬਿਆਂ ਨੂੰ ਸਰੈਂਡਰ ਕਰਨ ਵਾਸਤੇ ਤਿਆਰ ਹੋਏ ਖੜੇ ਹੈ, ਉਸ ਮੁੱਦੇ ਨੂੰ ਲੈ ਕੇ ਅੱਜ ਤੁਹਾਨੂੰ ਸਾਰਿਆਂ ਨੂੰ ਇੱਥੇ ਕਸ਼ਟ ਦਿੱਤਾ ਹੈ। ਭਗਵੰਤ ਮਾਨ ਜੀ ਨੇ ਕੁਛ ਦਿਨ ਪਹਿਲਾਂ ਇੱਕ ਚੈਲੰਜ ਦਿੱਤਾ ਸੀਗਾ ਵੀ ਸਾਰੀ ਰਾਜਨੀਤਿਕ ਪਾਰਟੀਆਂ ਦੇ ਲੀਡਰ ਆ ਜਾਓ, ਮੇਰੇ ਨਾਲ ਬਹਿਸ ਕਰੋ ਕਿ ਮੈਂ ਤਾਂ ਬਿਨਾਂ ਹੀ ਕਾਗਜ਼ ਪੱਤਰ ਆਊਂਗਾ, ਮੇਰੇ ਕੋਲ ਤਾਂ ਤਿਆਰੀ ਹੈਗੀ। ਉਸ ਗੱਲ ਨੂੰ ਲੈ ਕੇ ਅੱਜ ਮੈਂ ਇੱਕ ਤਾਂ ਟਵੀਟ ਵੀ ਪਾਇਆ, ਉਹਦਾ ਮੇਨ ਮਕਸਦ ਟਵੀਟ ਪਾਉਣ ਦਾ ਭਗਵੰਤ ਮਾਨ ਜੀ ਦੇ ਨਿਗਾਹ 'ਚ ਲੈ ਕੇ ਆਉਣਾ ਸੀ, ਭਗਵੰਤ ਮਾਨ ਜੀ ਜਿਹੜੀ ਗੱਲ ਦਾ ਪਤਾ ਨਾ ਹੋਵੇ ਉਹਦੇ 'ਤੇ ਬਿਨਾਂ ਸੋਚੇ ਸਮਝੇ ਬਿਆਨ ਦੇਣਾ ਇੱਕ ਮੁੱਖ ਮੰਤਰੀ ਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦਾ। ਕਹਿੰਦਾ ਬੜੇ ਮੀਆਂ ਤੋਂ ਬੜੇ ਮੀਆਂ ਔਰ ਛੋਟੇ ਮੀਆਂ ਸੁਭਾਨ ਅੱਲਾ। ਮੁੱਖ ਮੰਤਰੀ ਸਾਹਿਬ ਤਾਂ ਮੁੱਖ ਮੰਤਰੀ ਸਾਹਿਬ, ਪਾਠਕ ਸਾਹਿਬ ਉਹਨਾਂ ਤੋਂ ਅੱਗੇ ਨਿਕਲ ਗਏ। ਪਾਠਕ ਸਾਹਿਬ ਜਾ ਕੇ ਕਹਿ ਕੇ ਆ ਰਹੇ ਵੀ ਅਸੀਂ ਪੰਜਾਬ ਦੀ ਤਾਂ ਕੋਈ ਗੱਲ ਨਹੀਂ, ਹਰਿਆਣੇ ਦਾ ਹੱਕ ਅਸੀਂ ਦਵਾ ਕੇ ਰਵਾਂਗੇ, ਹਰਿਆਣੇ 'ਚ ਜਿਹੜਾ ਹੱਕ ਬਣਦਾ ਉਹਨਾਂ ਨੂੰ ਦਵਾ ਕੇ ਰਵਾਂਗੇ। ਮੈਂ ਤੁਹਾਨੂੰ ਸਾਰਿਆਂ ਨੂੰ ਆਹ ਜਿਹੜੀ ਖੁਦ ਇਹਨਾਂ ਦੀ ਪੰਜਾਬ ਦਾ ਜਿਹੜਾ ਵਾਟਰ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਹੈ ਉਹਦੇ ਅੰਕੜੇ ਤੁਹਾਡੇ ਕੋਲ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰੂੰਗਾ, ਜਿਸ ਕਿਸੇ ਨੇ ਅਗਰ ਟਵੀਟ ਨਹੀਂ ਦੇਖੇ ਤਾਂ। ਜੇ ਭਗਵੰਤ ਮਾਨ ਜੀ ਨੇ ਕੋਈ ਮਾੜਾ ਮੋਟਾ ਪੜ੍ਹਨ ਲਿਖਣ ਵਾਲਾ ਕੰਮ ਕੀਤਾ ਹੁੰਦਾ ਤਾਂ ਸਿਰਫ ਮਜ਼ਾਕ ਅਤੇ ਚੁਟਕਲੇ ਸੁਣਾਉਣ ਦੀ ਥਾਂ ਧਿਆਨ ਇੱਧਰਲੇ ਪਾਸੇ ਕੀਤਾ ਹੁੰਦਾ ਤਾਂ ਉਹਨਾਂ ਨੂੰ ਇਸ ਗੱਲ ਦਾ ਪਹਿਲਾਂ ਜਾਣਕਾਰੀ ਹੋਣੀ ਸੀ। ਇਸ ਕਰਕੇ ਮੈਂ ਬੇਨਤੀ ਕੀਤੀ ਹੈ ਉਹਨਾਂ ਨੂੰ ਵੀ ਤੁਸੀਂ ਵੀ ਮਾੜਾ ਮੋਟਾ ਪੜ੍ਹ ਲਿਆ ਕਰੋ ਅਤੇ MP ਸਾਹਿਬ ਨੂੰ ਪੜ੍ਹਾਇਆ ਕਰੋ। ਆਹ ਜਿਹੜੇ ਅੰਕੜੇ ਆ ਉਹਦੇ ਮੁਤਾਬਕ ਅੱਜ ਦੇ ਦਿਨ ਜਦੋਂ SYL ਹੈ ਨਹੀਂ, ਜਿਹੜਾ SYL ਦੇ ਜ਼ਰੀਏ 1.88 ਮਿਲੀਅਨ ਏਕੜ ਫੀਟ ਪਾਣੀ ਜਿਹੜਾ ਹਰਿਆਣਾ ਮੰਗ ਰਿਹਾ ਉਹਦੇ ਬਿਨਾਂ ਅੱਜ ਦੇ ਦਿਨ ਹਰਿਆਣੇ ਨੂੰ ਟੋਟਲ ਪਾਣੀ ਜਿਹੜਾ ਜਾ ਰਿਹਾ 13.3% ਜਿਹੜਾ MAF ਪਾਣੀ ਹੈ ਉਹ ਜਾ ਰਿਹਾ ਮਿਲੀਅਨ ਏਕੜ ਫੀਟ।
ਆਮ ਲੋਕਾਂ ਦੀ ਭਾਸ਼ਾ 'ਚ ਉਹਨੂੰ ਮੈਂ ਦੱਸਾਂ ਜਿਹੜੇ ਪਿੰਡ ਦੇ ਵਿੱਚ, ਕਿਉਂਕਿ ਉਹ ਨਾ ਸਮਝਣ, ਵੀ ਮਿਲੀਅਨ ਏਕੜ ਫੀਟ ਕੀ ਹੈ, ਵੀ 10 ਲੱਖ ਏਕੜ ਦੇ ਅੰਦਰ 1 ਫੁੱਟ ਪਾਣੀ ਖੜਾ ਹੋ ਜੇ, ਉਹ ਹੈ ਉਨਾ ਪਾਣੀ MAF। ਹਰਿਆਣਾ ਕੋਲ ਜਾ ਰਿਹਾ 13.3, ਪੰਜਾਬ ਨੂੰ ਮਿਲ ਰਿਹਾ 12.24, 12.24। ਵੱਡਾ ਭਰਾ ਹੈ ਪੰਜਾਬ। 60% ਪਾਣੀ ਪੰਜਾਬ ਦਾ ਹੱਕ ਬਣਦਾ ਸੀਗਾ, ਇਸੇ ਬਿਨਾਂ ਦੇ ਉੱਤੇ ਹਰਿਆਣਾ ਅਤੇ ਪੰਜਾਬ ਦੀ ਵੰਡ ਹੋਈ ਸੀਗੀ। ਵੱਡਾ ਭਰਾ ਪੰਜਾਬ 60% ਜੋ ਪੰਜਾਬ ਦਾ ਹਿੱਸਾ ਸੀਗਾ ਉਹ ਪੰਜਾਬ ਕੋਲ ਰਿਹਾ, ਅਤੇ ਬਾਕੀ ਜਿਹੜਾ 40% ਪੰਜਾਬ ਕੋਲ ਗਿਆ। ਉਸੇ ਰੇਸ਼ੋ ਦੇ ਅੰਦਰ, ਉਸੇ ਅਨੁਪਾਤ ਦੇ ਅੰਦਰ ਸਾਰੇ ਸਰਮਾਏ ਦੀ ਵੰਡ ਹੋਈ, ਰਿਸੋਰਸਿਸ ਜਿਹੜੇ ਸੀਗੇ ਪਾਣੀਆਂ ਦੀ ਵੰਡ ਵੀ ਉਸੇ ਬੇਸਿਸ 'ਤੇ ਹੋਈ। ਪਰ ਸੱਚਾਈ ਆ ਹੈ, ਕੌੜੀ ਸੱਚਾਈ ਅੱਜ ਦੇ ਦਿਨ, ਵੀ ਹਰਿਆਣੇ ਨੂੰ ਛੋਟਾ ਭਰਾ ਹੋਣ ਦੇ ਬਾਵਜੂਦ ਬਿਨਾਂ SYL ਪੰਜਾਬ ਤੋਂ ਜ਼ਿਆਦਾ ਪਾਣੀ ਮਿਲ ਰਿਹਾ। ਅਤੇ ਜੇ ਪਾਠਕ ਸਾਹਿਬ, ਕੇਜਰੀਵਾਲ ਸਾਹਿਬ ਅਤੇ ਉਹਦੇ ਵਿੱਚ ਇਹਨਾਂ ਦੇ ਜਿਹੜੇ ਇੱਥੇ ਉਹਨਾਂ ਦੀ ਬੋਲੀ ਬੋਲ ਰਹੇ ਹੈ, ਸਾਡੇ ਨਾਮ ਮਾਤਰ ਜਿਹੜੇ ਚੀਫ ਮਿਨਿਸਟਰ ਹੈ ਭਗਵੰਤ ਮਾਨ ਜੀ, ਇਹਨਾਂ ਦੇ ਜੇ ਕਾਲੇ ਮਨਸੂਬੇ ਕਾਮਯਾਬ ਹੋ ਗਏ ਤਾਂ ਉਹਨਾਂ ਕੋਲ ਦੇਖ ਲਓ ਵੀ ਤੁਸੀਂ 14 MAF ਤੋਂ ਜ਼ਿਆਦਾ ਪਾਣੀ ਉਹਨਾਂ ਕੋਲ ਜਾ ਵੜਨਾ ਹੈ, ਅਤੇ ਪੰਜਾਬ ਕੋਲ ਜਿਹੜਾ 12% 24 MAF ਪਾਣੀ ਹੈ ਉਹ ਰਹਿ ਜਾਣਾ। ਕਿਹੜੇ ਹੱਕ ਦੀ ਗੱਲ ਕਰ ਰਹੇ ਹੈ ਪਾਠਕ ਸਾਹਿਬ, ਕਿਹੜੇ ਹੱਕ ਦੀ ਗੱਲ ਕਰ ਰਹੇ ਹੈ ਮਾਨ ਸਾਹਿਬ, ਕਿਹੜੇ ਬਹਿਸ ਦੀ ਗੱਲ ਕਰ ਰਹੇ ਹੈ ਮਾਨ ਸਾਹਿਬ। ਮਾਨ ਸਾਹਿਬ, ਆਹ ਮਜ਼ਾਕ ਠੱਠੇ ਦਾ ਮਸਲਾ ਨਹੀਂ ਹੈ, ਆਹ ਪੰਜਾਬ ਦੀ ਹੋਣ ਦਾ ਮਸਲਾ ਹੈ। ਅਤੇ ਇਸੇ ਮਸਲੇ ਨੂੰ ਲੈ ਕੇ ਅੱਜ ਸਾਡੀ ਕੋਰ ਕਮੇਟੀ ਦੀ ਮੀਟਿੰਗ ਨੇ ਇੱਕ ਰੈਜੂਲੇਸ਼ਨ ਮਤਾ ਪਾਇਆ। ਕੱਲ੍ਹ ਕਿਉਂਕਿ ਕਿਸੇ ਕਿਸਮ ਦੀ ਕੋਈ ਕਿੰਤੂ ਪਰੰਤੂ ਨਾ ਰਹਿ ਜੇ, ਭਗਵੰਤ ਮਾਨ ਜੀ ਸ਼ਾਇਦ ਪੜ੍ਹਨ ਆ ਵੀ ਨਾ, ਪਰ ਫਿਰ ਵੀ ਤੁਹਾਡੇ ਰਾਹੀਂ ਮੈਂ ਜ਼ਰੂਰ ਬੇਨਤੀ ਕਰੂੰਗਾ, ਜੇ ਤੁਸੀਂ ਮੈਨੂੰ 1 ਮਿੰਟ ਦੀ ਪਰਮਿਸ਼ਨ ਦਿਓ ਤਾਂ ਮੈਂ ਜਿਹੜਾ ਰੈਜੂਲੇਸ਼ਨ ਸਾਡੀ ਕੋਰ ਕਮੇਟੀ ਨੇ ਪਾਸ ਕੀਤਾ ਹੈ ਉਹ ਤੁਹਾਡੇ ਨਾਲ ਸਾਂਝਾ ਕਰੂੰਗਾ। ਦਾ ਕੋਰ ਕਮੇਟੀ ਆਫ ਭਾਰਤੀ ਜਨਤਾ ਪਾਰਟੀ ਪੰਜਾਬ ਮੈਟ ਟੂਡੇ ਥਰਸਡੇ October 19 ਅੰਡਰ ਦਾ ਚੇਅਰਮੈਨਸ਼ਿਪ ਐਂਡ ਪਾਸ ਦਾ ਫੋਲੋਇੰਗ ਰੈਜੂਲੂਸ਼ਨ। ਰਿਜ਼ੋਲਵ ਟੂਡੇ ਦੈਟ ਪੰਜਾਬ ਡਜ਼ ਨਾਟ ਹੈਵ ਸਰਪਲਸ ਵਾਟਰ ਐਂਡ ਇਜ਼ ਸਫਰਿੰਗ ਐਕਿਊਟ ਸ਼ੋਰਟੇਜ ਆਫ ਸਰਫੇਸ ਵਾਟਰ ਐਂਡ ਓਵਰ ਐਕਸਪਲੋਇਟੇਸ਼ਨ ਆਫ ਗਰਾਊਂਡ ਵਾਟਰ ਬਿਕੋਜ਼ ਆਫ ਟ੍ਰਾਂਸਫਰ ਆਫ ਇਟਸ ਰਿਵਰਸ ਵਾਟਰ ਟੂ ਨੋਨ ਬੇਸਿਨ ਐਂਡ ਨੋਨ ਰਿਪੇਰੀਅਨ ਸਟੇਟਸ। ਇਟ ਇਜ਼ ਨਾਟ ਓਨਲੀ ਅਗੇਂਸਟ ਐਗਜਿਸਟਿੰਗ ਪ੍ਰੋਵੀਜ਼ਨਸ ਆਫ ਦਾ ਕੋਨਸਟੀਟਿਊਸ਼ਨ ਐਂਡ ਆਲਸੋ ਅਗੇਂਸਟ ਦਾ ਪ੍ਰਿੰਸੀਪਲਸ ਆਫ ਨੈਚੁਰਲ ਜਸਟਿਸ। ਵੀ ਫਰਮਲੀ ਰਿਜ਼ੋਲਵ ਟੂ ਪ੍ਰੋਟੈਕਟ ਵਾਟਰਸ ਆਫ ਪੰਜਾਬ। ਤੁਹਾਨੂੰ ਸਾਰਿਆਂ ਨੂੰ ਕਾਪੀ ਦੇ ਦੂੰਗਾ, ਪਰ ਇਹਦੀ ਮੇਨ ਜਿਹੜੀ ਲਾਈਨ ਹੈ, ਥਰੂ ਦਿਸ ਰੈਜੂਲੇਸ਼ਨ ਵੀ ਡਿਮਾਂਡ ਸ਼੍ਰੀ ਭਗਵੰਤ ਮਾਨ ਚੀਫ ਮਿਨਿਸਟਰ ਪੰਜਾਬ ਟੂ ਰਿਸਪੈਕਟ ਦਾ ਮੈਂਡੇਟ ਆਫ ਪੀਪਲ ਆਫ ਪੰਜਾਬ, ਪ੍ਰੋਟੈਕਟ ਦਾ ਵਾਈਟਲ ਇੰਟਰਸਟ ਆਫ ਪੰਜਾਬ, ਇਨ ਪਰਟੀਕੁਲਰ ਦਾ ਫਾਰਮਰਸ ਔਰ ਕੁਇਟ। ਜੇ ਤੁਸੀਂ ਪੰਜਾਬ ਦੇ ਹੱਕ, ਪੰਜਾਬ ਦੀ ਬਲੱਡ ਲਾਈਫ ਲਾਈਨ ਜਿਹੜੀ ਹੈ ਪਾਣੀ ਹੈ, ਅਤੇ ਉਹਨੂੰ ਨਹੀਂ ਬਚਾ ਸਕਦੇ, ਉੱਥੇ ਜਾ ਕੇ ਸੁਪਰੀਮ ਕੋਰਟ 'ਚ ਗੋਡੇ ਟੇਕ ਕੇ ਆਏ ਹੋ, ਤੁਹਾਡੇ ਜਿਹੜੇ ਨੁਮਾਇੰਦੇ ਹੈ ਹਰਿਆਣੇ ਦੇ ਪੱਖ ਦੀ ਗੱਲ ਕਰ ਰਹੇ ਆ, ਉਹਨਾਂ ਨੂੰ ਅੱਜ ਤਾਈਂ ਨਾ ਤਾਂ ਤੁਸੀਂ ਡਿਸਮਿਸ ਤਾਂ ਕੀ ਕਰਨਾ ਸੀਗਾ, ਉਹਨਾਂ ਨੂੰ ਅੱਜ ਤਾਈਂ ਸ਼ੋਅ ਕੌਜ਼ ਨੋਟਿਸ ਨਹੀਂ ਭਗਵੰਤ ਮਾਨ ਜੀ ਨੇ ਇਸ਼ੂ ਕੀਤਾ,
ਇਸ ਕਰਕੇ ਸਾਨੂੰ ਅੱਜ ਲਿਖਣਾ ਪਿਆ ਵੀ ਲੋਕਾਂ ਵੋਟ ਪੰਜਾਬ ਦੇ ਲੋਕਾਂ ਨੂੰ ਤੁਸੀਂ ਦੇ ਕੇ ਵੋਟਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ। ਹਰਿਆਣਾ, ਰਾਜਸਥਾਨ ਨੇ, ਦਿੱਲੀ ਵਾਲਿਆਂ ਨੇ ਨਹੀਂ ਬਣਾਇਆ, ਪੰਜਾਬ ਦੇ ਲੋਕਾਂ ਨੇ ਬਣਾਇਆ। ਗੱਲ ਪੰਜਾਬ ਦੀ ਕਰੋ। ਇਟ ਇਜ਼ ਰਿਜ਼ੋਲਵ ਦੈਟ ਦਾ ਬੀਜੇਪੀ ਪੰਜਾਬ ਵਿਲ ਰਿਲੈਂਟਲੈਸਲੀ ਅਪੋਜ਼ ਐਂਡ ਮੇਕ ਐਵਰੀ ਸੈਕਰੀਫਾਈਸ ਟੂ ਪ੍ਰੀਵੈਂਟ ਕੰਸਟਰਕਸ਼ਨ ਆਫ SYL ਔਰ ਐਨੀ ਨਿਊ ਵਾਟਰ ਕੈਰੀਅਰ ਚੈਨਲ ਫੋਰ ਕੈਰਿੰਗ ਪੰਜਾਬਸ ਵਾਟਰ ਟੂ ਨੋਨ ਬੇਸਿਨ ਨੋਨ ਰਾਇਪੇਰੀਅਨ ਸਟੇਟਸ। ਹਰੇਕ ਕਿਸਮ ਦਾ ਜੋ ਵੀ ਸਾਨੂੰ ਲੋੜ ਪਈ ਅਸੀਂ ਉਪਰਾਲਾ ਕਰਾਂਗੇ, ਨਾ SYL ਨਹਿਰ ਬਣ ਦਿਆਂਗੇ, ਨਾ ਸਾਡਾ ਪਾਣੀ ਇਹਨਾਂ ਸੂਬਿਆਂ ਨੂੰ ਜਾਣ ਦਿਆਂਗੇ। ਕਿਸੇ ਵਹਿਮ 'ਚ ਨਾ ਰਹਿ ਜਾਣ, ਕਿਉਂਕਿ ਭਗਵੰਤ ਮਾਨ ਜੀ ਸੁਪਰੀਮ ਕੋਰਟ ਦੇ ਅੰਦਰ ਜਾ ਕੇ ਗੱਲ ਹੋਰ ਕਰਦੇ ਹੈ, ਬਾਹਰ ਆ ਕੇ ਗੱਲਾਂ ਹੋਰ ਕਰਦੇ ਹੈ। ਇਸ ਕਰਕੇ ਆ ਬਹੁਤ ਹੀ ਜ਼ਰੂਰੀ ਹੈ ਵੀ ਉਹਨਾਂ ਦੇ ਸਾਹਮਣੇ ਆ ਪੱਖ ਕਲੀਅਰ ਹੋਵੇ। ਕੱਲ੍ਹ ਸਾਡੇ ਚਾਹੇ ਵਿਧਾਨ ਸਭਾ ਦੇ ਅੰਦਰ MLA 2 ਹੀ ਹੈ, ਪਰ ਸਾਡਾ ਜਿਹੜਾ ਸਟੈਂਡ ਹੈ, ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ, ਅਸੀਂ ਹਰਿਆਣੇ ਦੀ ਜਾਂ ਰਾਜਸਥਾਨ ਦੀ ਜਾਂ ਦਿੱਲੀ ਦੀ ਗੱਲ ਨਹੀਂ ਕਰ ਰਹੇ। ਅਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਦੇ ਤੌਰ 'ਤੇ BJP ਬੈਠੀ ਹੈ। ਅਸੀਂ ਪੰਜਾਬ ਦਾ ਪਾਣੀ ਨਾ ਕਿਤੇ ਜਾਣ ਦਿਆਂਗੇ, ਨਾ SYL ਨਹਿਰ ਬਣ ਦਿਆਂਗੇ। ਇਸ ਗੱਲ ਵਾਸਤੇ ਅੱਜ ਤੁਹਾਨੂੰ ਸਾਰਿਆਂ ਨੂੰ ਇੱਥੇ ਬੁਲਾਇਆ। ਅਤੇ ਜਿਹੜੇ ਡਿਬੇਟ ਦੀ ਗੱਲ ਕਰੀ ਜਾਂਦੇ ਵੀ ਮੇਰੇ ਨਾਲ ਬਹਿਸ ਕਰ ਲਓ, ਬਹਿਸ ਤਾਂ 1 ਤਰੀਕ ਨੂੰ ਹੋਊਗੀ, ਪਰ ਮਸਲਾ ਭਗਵੰਤ ਮਾਨ ਜੀ ਦਾ ਚਿਹਰਾ ਬੇਨਕਾਬ ਕਰਨਾ ਇੱਕ ਅੱਡਾ ਇਸ਼ੂ ਹੈ। ਮਸਲਾ ਅੱਜ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦਾ ਹੈ ਵੀ ਕਿਸ ਤਰ੍ਹਾਂ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਜਾਵੇ। ਇਹਨਾਂ ਦੀਆਂ ਕਾਲੀਆਂ ਜਿਹੜੀਆਂ ਇਹਨਾਂ ਦੀ ਸਕੀਮਾਂ ਹੈ, ਕੋਝੀਆਂ ਸਕੀਮਾਂ ਜਿਹੜੀ ਆਮ ਆਦਮੀ ਪਾਰਟੀ ਦੀ, ਕੇਜਰੀਵਾਲ ਸਾਹਿਬ ਦੀ ਅਤੇ ਪਾਠਕ ਸਾਹਿਬ ਦੀ ਜਿਹੜੀ ਕੋਝੀ ਸਕੀਮ ਹੈ, ਉਸ ਤੋਂ ਪੰਜਾਬ ਨੂੰ ਕਿਵੇਂ ਬਚਾਇਆ ਜਾਵੇ। ਮੈਂ ਕੋਸ਼ਿਸ਼ ਕਰੂੰਗਾ ਆਪਣੇ ਤੌਰ 'ਤੇ, ਸਾਰੇ ਪੰਜਾਬੀਆਂ ਦੇ ਵੱਖ ਵੱਖ ਨੁਮਾਇੰਦੇ, ਚਾਹੇ ਇੰਟਲੈਕਚੁਅਲ ਕਲਾਸ ਹੈ, ਚਾਹੇ ਉਹ ਕਿਸਾਨ ਹੈ, ਚਾਹੇ ਉਹ ਰਾਜਨੀਤਿਕ ਪਾਰਟੀ ਹੈ, ਉਹਨਾਂ ਨੂੰ ਵਿਸ਼ਵਾਸ ਦੇ ਅੰਦਰ ਲੈ ਕੇ 1 ਤਰੀਕ ਤੋਂ ਪਹਿਲਾਂ ਅਸੀਂ ਬਹਿਸ ਨਹੀਂ ਕਰਾਉਣੀ। ਅਸੀਂ ਇੱਕ ਕਾਨਫਰੰਸ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹਦੇ ਵਿੱਚ ਸਾਰਿਆਂ ਦਾ ਸਹਿਮਤੀ ਬਣੇ ਵੀ ਕਿਸ ਤਰ੍ਹਾਂ ਪੰਜਾਬ ਦੇ ਪਾਣੀਆਂ ਨੂੰ ਦੂਜੇ ਸੂਬਿਆਂ ਤੋਂ ਤਾਂ ਬਚਾਉਣਾ ਹੀ ਬਚਾਉਣਾ ਹੈ, ਪਰ ਆ ਜਿਹੜੇ ਦਿੱਲੀ ਦੇ ਅੰਦਰ ਬੈਠੇ ਹੈ, ਸਾਡੇ ਪੰਜਾਬ ਦੇ ਪਾਣੀਆਂ ਦਾ ਸੌਦਾ ਕਰੀ ਜਾਂਦੇ ਹੈ, ਇਹਨਾਂ ਦੀਆਂ ਕਾਲੀਆਂ ਸਕੀਮਾਂ ਤੋਂ ਕਿਵੇਂ ਬਚਾਉਣਾ ਹੈ, ਤਾਂ ਕਿ ਇੱਕ ਪੰਜਾਬ ਦੀ ਗੱਲ ਹੋ ਸਕੇ। ਪੰਜਾਬ ਦੀ ਆ ਜਿਹੜੀ ਇਹਨਾਂ ਨੇ ਜਿਸ ਤਰ੍ਹਾਂ ਦੀ ਢਾਹ ਲਾਈ ਹੈ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਦੇ ਅੰਦਰ, ਉਹਦੇ ਬਾਅਦ ਇਹਨਾਂ ਦੇ MP ਰਾਜ ਸਭਾ ਪਾਠਕ ਸਾਹਿਬ ਨੇ ਜਿਸ ਤਰ੍ਹਾਂ ਦੀ ਆ ਬਿਆਨ ਦੇ ਕੇ ਪੰਜਾਬ ਦਾ ਕੇਸ ਕਮਜ਼ੋਰ ਕੀਤਾ, ਅਤੇ ਸਾਡੇ ਜਿਹੜੇ ਸਰੀਕੇ ਆ ਉਹਨਾਂ ਨੂੰ ਪੰਜਾਬ ਦੀਆਂ ਆ ਜਿਹੜੀ ਆਪਸੀ ਮਤਭੇਦ ਹੈ ਦਿਖਾ ਉਹਨਾਂ ਦੇ ਸਾਹਮਣੇ ਉਜਾਗਰ ਹੋਏ, ਉਹਦੇ ਉੱਤੇ ਠੱਲ ਪਾਉਣ ਵਾਸਤੇ ਮੇਰੀ ਕੋਸ਼ਿਸ਼ ਹੋਊਗੀ। ਅਸੀਂ ਸਾਰੇ ਰਲ ਮਿਲ ਕੇ ਪੰਜਾਬੀ ਬੈਠ ਕੇ ਕੋਈ ਗੱਲ ਕਰੀਏ, ਅਤੇ ਉਹਦੇ ਵਿੱਚ ਕੋਈ ਨਾ ਕੋਈ ਇੱਕ ਯੂਨਾਨੀਮਸ ਇੱਕ ਗੱਲ ਨਿਕਲੇ ਵੀ ਪੰਜਾਬ ਦੇ ਪਾਣੀਆਂ ਦੇ ਉੱਤੇ ਇਹਨਾਂ ਦੀ ਕੋਈ ਕੋਈ ਸਕੀਮ ਹੈ, ਅਸੀਂ ਕਾਮਯਾਬ ਨਹੀਂ ਹੋਣ ਦਿਆਂਗੇ, ਨਾ ਹੀ ਕਿਸੇ ਨੂੰ ਪਾਣੀ ਸਾਡੇ ਕੋਲ ਦੇਣ ਵਾਸਤੇ ਹੈ। ਸਾਡੇ ਹੱਕ ਵਾਸਤੇ ਲੜਾਈ ਲੜਾਂਗੇ ਅਸੀਂ। ਜਿਹੜਾ ਹੈ ਮੇਰਾ ਮੰਨਣਾ ਹੈ, ਇਹਨਾਂ 'ਤੇ ਮੰਗ ਕੀਤੀ ਹੈ ਪਾਠਕ ਸਾਹਿਬ ਨੇ ਅਤੇ ਕੇਜਰੀਵਾਲ ਸਾਹਿਬ ਨੇ ਵੀ ਹਰਿਆਣੇ ਨੂੰ ਪਾਣੀ ਦੇਣਾ ਅਤੇ ਹੋਰਾਂ ਨੂੰ ਪਾਣੀ ਦੇਣਾ। ਮੇਰਾ ਮੰਨਣਾ ਹੈ ਕਿ ਉਹਦੇ ਨਾਲ ਮੇਰੇ ਜਿਹੜੇ ਦੂਜੇ ਵੀ ਪੰਜਾਬ ਦੇ ਜਿਹੜੇ ਲੋਕ ਹੈ, ਇਰਰਿਸਪੈਕਟਿਵ ਆਫ ਦੇਅਰ ਪੋਲੀਟੀਕਲ ਅਫੀਲੀਏਸ਼ਨ, ਬਿਨਾਂ ਕਿਸੇ ਭੇਦਭਾਵ ਦੇ ਰਾਜਨੀਤਿਕ ਪਾਰਟੀਆਂ ਨਜ਼ਰੀਏ ਤੋਂ ਉੱਤੇ ਉੱਠ ਕੇ ਇਸ ਗੱਲ 'ਚ ਸਹਿਮਤ ਹੋਣਗੇ ਵੀ ਅਸੀਂ ਤਾਂ ਪਾਣੀ ਮੋੜ ਕੇ ਲੈ ਕੇ ਆਉਣਾ, ਸਾਡਾ ਜਿਹੜਾ ਹਿੱਸਾ ਬਣਦਾ ਚਾਹੇ ਉਹ ਯਮੁਨਾ 'ਚੋਂ ਲੈ ਰਹੇ ਹੈ,
ਚਾਹੇ ਉਹ ਮਾਰਕੰਡਾ 'ਚੋਂ ਲੈ ਰਹੇ ਹੈ, ਚਾਹੇ ਸਰਸਵਤੀ ਦਾ ਪਾਣੀ ਹੈ, ਚਾਹੇ ਕਿਸੇ ਦਰਿਆ ਦਾ ਪਾਣੀ ਹੈ, ਕਿਉਂਕਿ ਪਾਣੀ ਜਦੋਂ ਵੰਡ ਹੋਈ ਹੈ ਪੰਜਾਬ ਦੇ ਸਾਰੇ ਪਾਣੀਆਂ ਦੀ ਵੰਡ ਹੋਣੀ ਚਾਹੀਦੀ ਸੀ। ਯਮੁਨਾ ਦਾ ਪਾਣੀ ਜਿਹੜਾ ਸੀਗਾ ਉਹਦੇ ਵਿੱਚ ਵੀ ਸਾਡਾ ਹਿੱਸਾ ਬਣਦਾ ਸੀ, ਮਾਰਕੰਡਾ ਦਾ ਸੀਗਾ ਤਾਂ ਉਹਦੇ 'ਚ ਬਣਦਾ ਸੀ, ਘੱਗਰ ਦੇ ਵਿੱਚ ਸੀ ਤਾਂ ਸਾਡਾ ਹਿੱਸਾ ਬਣਦਾ ਸੀ, ਉਹਦੇ ਵਾਸਤੇ ਅਸੀਂ ਇਕੱਠੇ ਹੋ ਕੇ ਲੜਾਈ ਲੜਾਂਗੇ। ਇਸ ਤਰ੍ਹਾਂ ਕਮਜ਼ੋਰ ਕੱਚੇ ਪੈਰੀਂ ਅਸੀਂ ਨਹੀਂ ਲੜਾਈ ਲੜ ਸਕਦੇ, ਇਸ ਕਰਕੇ ਮੇਰੀ ਕੋਸ਼ਿਸ਼ ਹੋਊਗੀ ਵੀ ਇਸ ਜਿੱਥੇ ਭਗਵੰਤ ਮਾਨ ਜੀ ਦਾ ਜਿਹੜਾ ਨਾਟਕ ਹੈ, ਡਰਾਮਾ ਹੈ, ਉਹਨੂੰ ਬੇਨਕਾਬ ਕਰੀਏ, ਉੱਥੇ ਹੀ ਪੰਜਾਬ ਦੇ ਹਿੱਤਾਂ ਦੇ ਉੱਤੇ ਪਹਿਰੇ ਦੇਣ ਵਾਸਤੇ ਇੱਕ ਕੋਸ਼ਿਸ਼ ਮੇਰੇ ਕੋਲੋਂ ਕੀਤੀ ਜਾਊਗੀ। ਧੰਨਵਾਦ ਸਾਹਿਬ।